दोस्तों सत श्री अकाल। ਸਤਿ ਸ਼੍ਰੀ ਅਕਾਲ। ਅਸੀਂ ਪਿੰਡ ਤੋਂ ਗਾਗਲਾਂ ਦੇ ਨਿਵਾਸੀ ਹਾਂ। ਤੁਸੀਂ ਵੀਡੀਓ ਦੇਖੀ ਹੋਊਗੀ ਸਰਦਾਰ ਦੇਸਰਾਜ ਤੋਂ ਗਾਜੀ ਦੀ, ਜੋ ਕਿ ਮੌਜੂਦਾ MLA ਨੇ। ਤੇ ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਇੱਕ ਬਹੁਤ ਹੀ ਸ਼ਰੀਫ ਖਾਨਦਾਨ ਦੇ ਵਿਅਕਤੀ ਨੇ ਔਰ ਆਪ ਇੱਕ ਬਹੁਤ ਹੀ ਸਾਊ ਬੰਦੇ ਨੇ, ਜੋ ਕਿ ਪਿਛਲੇ ਬਹੁਤ ਹੀ ਅਰਸੇ ਤੋਂ ਇਹ ਸੇਵਾ ਨਿਭਾ ਰਹੇ ਨੇ MLA ਦੀ। ਔਰ ਤੁਸੀਂ ਸਾਰੇ ਜਾਣਦੇ ਨੇ ਕਿ ਕਿੰਨੇ ਕੁ ਕੰਮ ਉਹਨੇ ਸਾਡੇ ਇਲਾਕੇ ਦੇ ਵਿੱਚ ਕੀਤੇ ਨੇ। ਸਕੂਲ ਉਹਨਾਂ ਨੇ ਬਣਵਾਏ, ਹਸਪੀਟਲ ਉਹਨਾਂ ਨੇ ਬਣਵਾਏ, ਸਾਡੇ ਇਲਾਕੇ ਦੀਆਂ ਸੜਕਾਂ ਉਹਨਾਂ ਨੇ ਬਣਵਾਈਆਂ। ਜੋ ਇਹ ਅਸੀਂ ਵੀਡੀਓ ਦੇਖੀ ਆ ਉਹਦੇ ਵਿੱਚ ਇਹ ਬਿਲਕੁਲ ਗਲਤ ਦਿਖਾਇਆ ਗਿਆ, ਉਹਨਾਂ ਦਾ ਕਿਰਦਾਰ ਤੇ ਉਹਨਾਂ ਦੀ ਸ਼ਖਸੀਅਤ ਨੂੰ ਬਹੁਤ ਹੀ ਗਲਤ ਦਿਖਾਇਆ ਗਿਆ। ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ ਲਿਖਿਆ ਗਿਆ ਕਿ ਨੱਚਣ ਕੁੱਦਣ ਮਨ ਕਾ ਚਾਉ। ਔਰ ਮੈਂ ਕਹਿਣਾ ਚਾਹਾਂਗਾ ਕਿ ਜੋ ਡੈਨਮਾਰਕ ਦੀ ਜੰਮਪਲ ਗੋਰੀ ਅਨੀਤਾ, ਉਹ ਇੱਕ ਪੰਜਾਬੀ ਗਾਣੇ ਗਾ ਰਹੇ ਨੇ, ਜੋ ਸਾਡੇ ਅੱਜ ਕੱਲ੍ਹ ਦੇ ਬੱਚੇ ਨੇ ਉਹ ਪੰਜਾਬੀ ਨੂੰ ਭੁੱਲਦੇ ਜਾ ਰਹੇ ਨੇ, ਪਰ ਗੋਰੇ ਸਾਡੀ ਪੰਜਾਬੀ ਸਾਡੇ ਵਿਰਸੇ ਨੂੰ ਅਪਣਾਉਂਦੇ ਜਾ ਰਹੇ ਨੇ। ਔਰ ਜੇ ਉਹਨਾਂ ਦਾ ਮਾਣ ਜਾਂ ਸਨਮਾਨ ਕਰਨ ਦੀ ਖਾਤਰ ਉਹ ਸਟੇਜ ਦੇ ਉੱਤੇ ਜਾ ਕੇ ਉਹਨਾਂ ਦੇ ਨਾਲ ਨੱਚੇ ਆ, ਜਾਂ ਉਹਨਾਂ ਨੂੰ ਕੁਝ ਪੈਸੇ ਵੀ ਦਿੱਤੇ ਹੋਣਗੇ ਜਾਂ ਕੁਝ ਇਨਾਮ ਵੀ ਦਿੱਤਾ ਗਿਆ ਹੋਊਗਾ, ਔਰ ਬਹੁਤ ਵਧੀਆ ਕੰਮ ਕੀਤਾ। ਮੈਨੂੰ ਉਹਨਾਂ ਦੇ ਉੱਤੇ ਬਹੁਤ ਮਾਣ ਆ ਦੇਸਰਾਜ ਜੀ ਤੇ, ਕਿ ਉਹਨਾਂ ਨੇ ਮਤਲਬ ਕਿ ਇਹ ਦੱਸਿਆ ਕਿ ਸਾਡਾ ਵਿਰਸਾ ਸਾਡਾ ਸੱਭਿਆਚਾਰ ਸਭ ਤੋਂ ਅਮੀਰ ਆ। ਦੁਨੀਆ ਸਾਡੇ ਸੂਟ ਪਾ ਕੇ ਸਾਡੇ ਮਤਲਬ ਕਿ ਬਾਣੇ ਪਾ ਕੇ ਨੱਚ ਰਹੀ ਆ ਸਟੇਜਾਂ ਦੇ ਉੱਤੇ ਆ ਕੇ। ਜੇ ਅਸੀਂ ਉਹਨਾਂ ਦਾ ਮਾਣ, ਜੇ ਸਾਡੇ ਮਿਨਿਸਟਰ ਉਹਨਾਂ ਦਾ ਮਾਣ ਨਾ ਕਰਨਗੇ ਤਾਂ ਹੋਰ ਕੌਣ ਕਰੂਗਾ। ਔਰ ਮੈਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਪਿੰਡ ਦਾ ਤੇ ਸਾਡੇ ਮਤਲਬ ਕਿ ਸੱਭਿਆਚਾਰ ਦੀ ਇੱਜ਼ਤ ਰੱਖੀ ਆ, ਕਿ ਅਸੀਂ ਜਿਹੜੇ ਬਾਹਰਲੇ ਲੋਕ ਆ ਕੇ ਸਾਡਾ ਸੱਭਿਆਚਾਰ ਅਪਣਾਉਂਦੇ ਨੇ ਜਾਂ ਸਾਡੇ ਸੱਭਿਆਚਾਰ ਦੇ ਗੀਤ ਗਾਉਂਦੇ ਨੇ ਜਾਂ ਪੰਜਾਬੀ ਨੂੰ ਪ੍ਰਮੋਟ ਕਰਦੇ ਨੇ, ਉਹਨਾਂ ਦਾ ਉਹਨਾਂ ਨੇ ਮਾਣ ਕੀਤਾ। ਔਰ ਜੇ ਕਿਸੇ ਵਿਅਕਤੀ ਨੂੰ